प्राइम सौरभ चैनल तारत बहुत बहुत स्वागत है एक और फिर हाजिर हाँ अगर कुछ खास न्यूज़ लैके इस तो पहला कि आप वीडियो शुरू करिए जेकर चैनल के पहली बार आए हो तो चैनल जरूर सबसक्राइब कर लो तो जान ने चैनल में पहले ही सबसक्राइब किया है वीडियो लाइक करते हैं उन्होंने बहुत बहुत शुक्रिया बहुत बहुत धनबाद तो नोटिफिकेशन ले बैल आइकॉन वाला बटन जरूर प्रेस कर लो क्योंकि इस जो भी असं नवी वीडियो अपलोड करते हैं वो जी नोटिफिक होंगी तक पहुँच जाती है हूँ आप शुरू करते हैं अज द कुछ खास न्यूज़ ਤਬ ਤੋਂ ਬੈਲੀਗਿਲ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਇਜ਼ਰਾਈਲ ਤੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਾਤਾ ਪਿਤਾ ਨੇ ਆਪਣੇ ਬੱਚੇ ਦਾ ਹਵਾਈ ਟਿਕਟ ਜਿਹੜੀ ਹੈ ਗਿ ਲੈਣਾ ਭੁੱਲ ਗਏ ਤੇ ਇਸ ਤੋਂ ਫਲਾਈਟ ਪਕੜਨ ਦੇ ਲਈ ਬੱਚੇ ਨੂੰ 에ਰਪੋਰਟ ਤੇ ਹੀ ਛੱਡ ਕੇ ਚਲੇ ਗਏ ਤੇ ਇਹ ਘਟਨਾ ਇਜ਼ਰਾਈਲ ਦੇ テル ਅਵੀਵ ਦੇ ਬੈਨ ਗੋਰੀਅਨ ਇੰਟਰਨੈਸ਼ਨਲ 에ਰਪੋਰਟ ਦੀ ਹੈਗੀ ਆ ਤੇ ਪੁਲਿਸ ਇਸ ਦੇ ਬਾਰੇ ਜਾਂਚ ਕਰ ਰਹੀ ਹੈ ਤੇ ਖਬਰ ਦੇ ਮੁਤਾਬਕ ਇਸ ਦੰਪਤੀ ਨੂੰ ਮੰਗਲਵਾਰ ਨੂੰ ਰਾਈਨਰ ਦੀ ਫਲਾਈਟ ਉਹ ਤੇਲ ਵਿਵ ਤੋਂ ਬੈਲਜੀਅਮ ਦੇ ਲਈ ਬ੍ਰਸਲਸ ਦੀ ਉਡਾਨ ਪਰ ਨਿਸੀ ਤੇ 에어ਪੋਰਟ ਦੇ ਟਰਮੀਨਲ 1 ਤੇ ਪਹੁੰਚਣ ਤੇ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਆਪਣੇ ਜਿਹੜੇ ਨਵਜਾਤ ਬੱਚਾ ਹੈ ਉਸ ਦੀ ਟਿਕਟ ਲੈ ਆਣੀ ਭੁੱਲ ਗਏ ਹਨ ਤੇ ਦੰਪਤੀ ਪਹਿਲਾਂ ਹੀ ਦੇਰੀ ਦੇ ਵਿੱਚ 에어ਪੋਰਟ ਤੇ ਪਹੁੰਚੇ ਸੀ ਤੇ ਜਦ ਉਹ 에어ਪੋਰਟ ਤੇ ਪਹੁੰਚੇ ਤੇ ਫਲਾਈਟ ਨੇ ਚੱਕ ਇਨ ਬੰਦ ਹੋ ਚੁੱਕਾ ਸੀ ਤੇ ਇਸ ਤੋਂ ਬਾਅਦ ਦੰਪਤੀ ਨੇ ਨਵਜਾਤ ਬੱਚੇ ਨੂੰ 에어ਪੋਰਟ ਤੇ ਹੀ ਛੱਡ ਦਿੱਤਾ ਤੇ ਖੁਦ ਫਲਾਈਟ ਤੇ ਵਿੱਚ ਚੱਕ ਇਨ ਦੇ ਲਈ ਸਿਕਿਉਰਿਟੀ ਚੈੱਕ ਦੇ ਲਈ ਪਹੁੰਚ ਗਏ ਚੈਕ-ਇਨ 에ਜੰਟ ਨੇ ਤਰੰਤ 에어ਪੋਰਟ ਅਥॉरिटी ਨੂੰ ਇਸਦੀ ਸੂਚਨਾ ਦਿੱਤੀ ਤੇ ਉਸ ਜਿਹੜੇ ਦੰਪਤੀ ਨੂੰ ਫੜ ਲਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਜ਼ਰਾਈਲ 에어ਪੋਰਟ ਅਥॉरिटी ਦੇ ਨਾਲ ਵੀ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਫਿਲਹਾਲ ਹਾਲੇ ਇਸ ਕਾਰਨਾਂ ਦਾ ਨਹੀਂ ਪਤਾ ਚੱਲਿਆ ਕਿ ਬੱਚੇ ਦੀ ਟਿਕਟ ਨਾ ਲਿਆਂਦ ਕਰਕੇ 에어ਪੋਰਟ ਤੇ ਜਿਹੜੇ ਪਹੁੰਚਿਆ ਹੈ ਜੋੜਾ ਹੈ ਚੈਕਿੰਗ ਦੇ ਦੌਰਾਨ ਬੱਚੇ ਨੂੰ 에어ਪੋਰਟ ਦੇ ਕਾਊਂਟਰ ਤੇ ਹੀ ਛੱਡ ਕੇ ਕਿਉਂ ਚਲੇ ਗਏ ਇਸ ਤੋਂ ਬਾਅਦ ਅਗਰੀ ਅਨੁਸਾਰ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੈਕਿੰਡ ਹੈ ਉਹਨਾਂ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਤੇ ਹੁਣ ਆਸਟ੍ਰੇਲੀਆ ਦੇ ਵਿੱਚ 5 ਡਾਲਰ ਦੇ ਕਰੰਸੀ ਨੋਟ ਤੇ ਮਹਾਰਾਣੀ ਅਲੀਜਾਬੈਥ ਦੀ ਤਸਵੀਰ ਨਹੀਂ ਹੋਵੇਗੀ ਤੇ ਉਸ ਦੀ ਜਗ੍ਹਾ ਤੇ ਆਸਟ੍ਰੇਲੀਆ ਆਪਣੀ ਜਿਹੜੀ ਸਵਦੇਸ਼ੀ ਉੱਥੇ ਦੀ ਸੰਸਕ੍ਰਿਤੀ ਹੈ ਉਸ ਦੇ ਇਤਿਹਾਸ ਦੇ ਨਾਲ ਮਿਲਦੀ-ਜੁਲਦੀ ਕੋਈ ਆਪਣੀ ਜਿਹੜੀ ਫੋਟੋ ਲਗਾਵੇਗਾ ਤੇ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੀ ਔਰ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਇਹ ਫੈਸਲਾ ਸੰਗੀ ਸਰਕਾਰ ਦੀ ਪਰਮਾਰਸ਼ ਤੋਂ ਬਾਅਦ ਲਿਆ ਗਿਆ ਹੈ ਹਾਲਾਂਕਿ ਇਸ ਬਚਨੇ ਕੀਤਾ ਹੈ ਕਿ ਨੋਟ ਦੇ ਦੂਜੀ ਦੂਜੇ ਪਾਸੇ ਜਿਹੜਾ ਆਸਟ੍ਰੇਲੀਅਨ ਸੰਸਦ ਦੀ ਤਸਵੀਰ ਬਣੀ ਰਹੇਗੀ ਜਾਂ ਨਹੀਂ ਬਣੀ ਰਹੇਗੀ ਜਦ ਕਿ ਸਤੰਬਰ 2020 ਦੇ ਵਿੱਚ ਸੌਰੀ 2022 ਦੇ ਵਿੱਚ ਆਸਟ੍ਰੇਲੀਆ ਨੇ ਸਾਫ਼ ਕਿਹਾ ਸੀ ਕਿ ਮਹਾਰਾਣੀ ਲੀਜ਼ਾਬੈਥ ਤੋਂ ਬਾਅਦ ਚਾਰਲਸ ਜਿਹੜੇ ਕਿੰਗ ਚਾਰਲਸ ਦੀ ਤਸਵੀਰ ਨੋਟ ਤੇ ਨਹੀਂ ਛਾਪੀ ਜਾਵੇਗੀ ਬਲਕਿ ਇਸ ਦੀ ਜਗ੍ਹਾ ਤੇ ਆਸਟ੍ਰੇਲੀਆ ਨਾਲ ਜਿਹੜੇ ਪ੍ਰਤੀਬਿੰਬ ਹੈਗੇ ਆ ਉਹਨਾਂ ਦੀ ਜਗ੍ਹਾ ਉਹਨਾਂ ਜਗ੍ਹਾ ਮਿਲੇਗੀ ਤੇ ਰਿਜ਼ਰਵ ਬੈਂਕ ਨੇ ਵੀ ਕਿਹਾ ਸੀ ਕਿ 5 ਡਾਲਰ ਦੇ ਨੋਟ ਨੂੰ ਡਿਜ਼ਾਈਨ ਕਰਨ ਦੇ ਨਾਲ ਜਿਹੜਾ ਸਦਿਸ਼ੀ ਸਮੂਹ ਦੇ ਨਾਲ ਉਹ ਆਪਣਾ ਪਰਮਾਰਸ਼ ਕਰੇਗਾ ਤੇ ਨਵੇਂ ਨੋਟ ਨੂੰ ਡਿਜ਼ਾਈਨ ਤੇ ਪ੍ਰਿੰਟ ਕਰਨ ਦੇ ਵਿੱਚ ਕਈ ਸਾਲ ਲੱਗਣਗੇ ਤਦ ਤੱਕ ਜਿਹੜੇ ਮੌਜੂਦਾ ਨੋਟ ਚੱਲ ਰਹੇ ਹਨ ਉਹੀ ਚੱਰੀ ਰਹਿਣਗੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਟੈਕਸਸ ਅਮਰੀਕਾ ਦੇ ਟੈਕਸਸ ਦੇ ਵਿੱਚ ਬੈਸਟ ਵਰਜ਼ਨੀਆ ਤੱਕ ਦੇ ਜਿਹੜੇ ਸਟੇਟਸ ਹੈਗੇ ਆ ਉਹਨਾਂ ਵਿੱਚ ਬਰਫ਼ੀਲੇ ਤੂਫਾਨ ਤੋਂ ਬਾਅਦ ਅਮਰੀਕੀ 에ਅਰਲਾਈਨਸ ਨੇ ਬੁੱਧਵਾਰ ਨੂੰ ਦੇਸ਼ ਦੇ ਵਿੱਚ 1400 ਤੋਂ ਵੀ ਜ਼ਿਆਦਾ ਜੀ ਹੁੜਾਣਾ ਰੱਦ ਕਰ ਦਿੱਤੀਆਂ ਗਈਆਂ ਹੈ ਤੇ ਅਮਰੀਕਾ ਦੇ ਬਾਰਜ ਅੰਦਰ ਚੱਲਣ ਵਾਲੀਆਂ 1467 ਫਲਾਈਟਾਂ ਵੀ ਰੱਦ ਕੀਤੀਆਂ ਗਈਆਂ ਹੈ ਜਦ ਕਿ 200 ਜਦ ਕਿ 500 ਜਿਹੜੀਆਂ ਸਤਾਈ ਫਲਾਈਟਾਂ ਹੈਗੀਆਂ ਆ ਸਵੇਰੇ ਦੇ ਟਾਈਮ ਜਣਕੀ 6:48 ਵਜੇ ਉਹ ਟਾਈਮ ਤੋਂ ਜਿਹੜੀਆਂ ਚੱਲਣੀਆਂ ਸੀ ਉਸ ਤੋਂ ਲੇਟ ਚੱਲੀਆਂ ਹਨ ਤੇ ਇਸ ਦੇ ਨਾਲ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਖਰਾਬੀ ਦੇਖੀ ਜਾਵੇਗੀ ਕਿ ਬਰਫ਼ੀਲੀ ਹਨ ਤੂਫਾਨਾਂ ਵੀ ਦੇਖਣ ਨੂੰ ਮਿਲਣ ਗਿਆ ਤੇ ਫਿਲਹਾਲ ਮੌਜੂਦਾ ਤੂਫਾਨ ਜਿਹੜਾ ਹੈਗਾ ਆ ਇਸ ਦੇ ਨਾਲ ਜਿਹੜਾ ਇਸ ਕਾਫੀ ਜ਼ਿਆਦਾ ਖਤਰਨਾਕ ਅਸਰ ਰਿਸਾ ਹੋ ਸਕਦਾ ਹੈ ਪਾ ਦਗਲੀ ਨਿਊਜ਼ ਆ ਰਹੀ ਹੈ ਸਕਾਟਲੈਂਡ ਤੋਂ ਸਕਾਟਲੈਂਡ ਦੇ ਵਿੱਚ ਦੁਨੀਆ ਦੀ ਸਭ ਤੋਂ ਪਹਿਲੀ ਡਰਾਈਵਰ ਰਹਿਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਸੇਵਾ ਦੀ ਸ਼ੁਰੂਆਤ ਐਡਨਬਰੋਜ਼ ਹੋਵੇਗੀ ਦੇ ਵਿੱਚ ਸਟਾਫ ਦਾ ਇੱਕ ਮੈਂਬਰ ਸਵਾਰੀਆਂ ਦੀ ਬੋਰਡਿੰਗ ਕਰਨ ਟਿਕਟਾਂ ਖਰੀਦਣ ਤੇ ਪੁੱਛਗਿੱਛ ਵਿੱਚ ਮਦਦ ਕਰਨ ਦੇ ਲਈ ਹੋਵੇਗਾ ਤੇ ਇੱਥੇ ਦੱਸਣਯੋਗ ਹੈ ਕਿ ਸਟੇਜ ਕੋਲ ਪਹਿਲਾਂ ਹੀ ਬਾਈ ਯਾਤਰੀਆਂ ਤੇ ਪਹਿਲੇ ਸਮੂਹ ਨੂੰ ਇੱਕ ਬੱਸ ਤੇ ਸਫਲਤਾਪੂਰਵਕ ਲਿਜਾ ਚੁੱਕੀ ਹੈ ਤੇ ਇਹ ਸੇਵਾ ਹਰ ਹਫਤੇ 10000 ਯਾਤਰੀਆਂ ਨੂੰ ਦੀ ਸਮਰਥਾ ਦੇ ਨਾਲ ਚੱਲੇਗੀ ਤੇ ਬੱਸ ਆਪਰੇਟਰ ਨੇ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸ਼ੁਰੂ ਹੋਣ ਵਾਲੇ 14 ਮੀਲ ਦੇ ਰੂਟ ਨੂੰ ਇਹ ਅੱਗੇ ਤੱਕ ਵਧਾਇਆ ਜਾਵੇਗਾ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਅੱਜ ਦੇ ਕਰੰਸੀ ਰੇਟਸ। ਸਭ ਤੋਂ ਪਹਿਲਾਂ ਕੈਨੇਡਾ ਕੈਨੇਡਾ ਦੇ 1 ਡਾਲਰ ਦਾ ਰੇਟ ਚੱਲਿਆ ਹੈ 68 ਰੁਪਏ 3 ਪੈਸੀ ਰਿਅਲ ਸਟੋਲਰ ਦਾ ਰੇਟ ਚੱਲਿਆ 82 ਰੁਪਏ 7 ਪੈਸੀ ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲਿਆ 58 ਰੁਪਏ 1 ਪੈਸਾ सॉरी दस पैसे यूरो का रेट चल रहा है नड़ानवे रुपए तिरंत्रा तिरवंजा पैसे न्यूजीलैंड डॉलर का रेट चल रहा है तिरवंजा रुपये पै भी पैसे आस्ट्रेलिया अरब अमरात के दराम का दर रेट चल रहा है बई रुपए पैंती पैसे तो बॉन्ड का रेट चल रहा है एक सौ रुपए उन्ंजा पैसे इस खत्म करते हैं जो वीडियो चंगी लगी तो एक लाइक जरूर करियो वीडियो देखने लिए सारे दा बहुत, बहुत बहुत शुक्रिया